ਸਾਡੇ ਮਨ ਨੂੰ ਗੁਰਮੁਖੋ ਰੋਗ ਲੱਗੇ ਹੈ। ਸ਼ਾਸਤਰ ਵਿੱਚ ਕਈ ਰੋਗ ਦੱਸੇ ਹੈ। ਸਭ ਤੋਂ ਵੱਡਾ ਰੋਗ ਮਲ ਦੋਸ਼ ਹੈ, ਦੂਸਰਾ ਅਵਰਣ ਵਿਖੇਪ ਹੋਂ ਦਾ ਪਰਦਾ। ਜਿੰਨਾ ਚਿਰ ਰੋਗ ਦੂਰ ਨਹੀਂ ਹੁੰਦੇ ਉਹਨਾਂ ਚਿਰ ਨਾਮ ਦੀ ਦਵਾਈ ਅਸਰ ਨਹੀਂ ਕਰਦੀ। ਇਹ ਪਹਿਲਾਂ ਮਲ ਰੋਗ ਦੂਰ ਕਰਨਾ ਪੈਂਦਾ। ਇਹ ਜਿਹੜੀ ਮਨ ਨੂੰ ਮੈਲ ਲੱਗੀ ਹੈ ਇਹਨੂੰ ਦੂਰ ਕਰਨਾ। ਇਹ ਜਿੰਨਾ ਚਿਰ ਰੋਗੀ ਖੁਦ ਨਹੀਂ ਮੰਨਦਾ ਕਿ ਮੈਂ ਬਿਮਾਰ ਹਾਂ, ਉਹਨੇ ਜਾਣਾ ਹੀ ਨਹੀਂ ਡਾਕਟਰ ਕੋਲ। ਉੱਥੇ ਜਾ ਕੇ ਤਾਂ ਦੁਹਾਈਆਂ ਪਾਉਣੀਆਂ ਪੈਂਦੀਆਂ, ਮੇਰਾ ਇਲਾਜ ਕਰੋ ਮਹਾਰਾਜ, ਮੇਰਾ ਇਲਾਜ ਕਰੋ, ਮੇਰਾ ਆਹ ਵੀ ਦੁਖਦਾ ਆਹ ਵੀ ਦੁਖਦਾ ਪਾਉਣੇ ਆ ਨਾ ਰੌਲਾ ਜਾ ਕੇ। ਫਿਰ ਕਿਤੇ ਡਾਕਟਰ ਆਉਂਦਾ, ਫਿਰ ਕਿਤੇ ਦਵਾਈ ਦਵਾਈ। ਇੱਦਾਂ ਗੁਰੂ ਕੋਲ ਜਾ ਕੇ ਜੇ ਦੁਹਾਈਆਂ ਪਾਵਾਂਗੇ, ਮੈਨੂੰ ਹੋਮੇ ਦਾ ਵੀ ਰੋਗ ਹੈ, ਮਲ ਦੋਸ਼ ਵਿਖੇਪ ਅਵਰਣ ਇਹ ਸਾਰੇ ਦੋਸ਼ ਮੇਰੇ ਮਨ ਨੂੰ ਲੱਗੇ ਹੈ, ਮਹਾਰਾਜ ਇਹਨਾਂ ਦਾ ਇਲਾਜ ਕਰ ਦਿਓ। ਫਿਰ ਇਲਾਜ ਇਹ ਝਾਲਾ ਰਾਣੀ ਚਰਨਾਂ 'ਤੇ ਢਈ ਹੈ,